जी असी अज दिवाली दिवाली सैलीब्रेट कर रहे हैं जे एस नवजोत सीनियर सैकेंडरी स्कूल दे नाल। सो बच्चों की बहुत प्यारियां प्यारियां परफॉर्मेंस ने ते टीचर्स नाल गलबात करते हैं ते टीचर्स दे कोलो जानते हैं स्कूल का माहौल स्कूल के बच्चों का माहौल ते दिवाली दे लई उन्हां दा की स्पैशल मैसेज आ आओ जानते हैं टीचर्स नाल गलबात करके। सत श्री अकाल जी। की नाम है मैम? मैम मेरा सुरजीत कौर। ओके ते मैम कौन सी क्लास के टीचर हो तुसी? मैं 10th क्लास की इंचार्ज हूं। ओके जी 10th क्लास की इंचार्ज हो, ठीक है जी, थैंक यू। कोई स्पेशल दिवाली ते मैसेज देना चाहो? दिवाली ते मैसेज यही है कि पटाखे चलाओ बट अपना अपना एनवायरमेंट थोड़ा सेव करके, प्रदूषण ज्यादा नहीं फैलाना। ओके जी, थैंक यू। हां जी सत श्री अकाल जी। सत श्री अकाल मैम। की नाम है मैम? रेणुका। ओके मैम कौन सी क्लास के टीचर हो? मैं UKG क्लास में पढ़ाऊंगी। ओके मैम कोई मैसेज देना चाहो अपने बच्चों नु? ਬੱਚਿਆਂ ਨੂੰ ਇਹ ਜੀ ਦਿਵਾਲੀ 'ਤੇ ਪਟਾਕੇ ਦੇਖ ਕੇ ਧਿਆਨ ਨਾਲ ਚਲਾਇਓ ਜ਼ਿਆਦਾਤਰ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ ਮੈਮ? ਪ੍ਰਿਆ। ਕਿਹੜੀ ਕਲਾਸ ਦੇ ਟੀਚਰ ਹੋ? LKG ਕਲਾਸ ਦੇ ਇੰਚਾਰਜ। ਓਕੇ ਮੈਮ ਕੀ ਮੈਸੇਜ ਦੇਣਾ ਚਾਹੋਗੇ ਆਪਣੇ ਬੱਚੇ ਨੂੰ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਮੈਮ? ਜਸਵਿੰਦਰ ਕੌਰ ਮੇਰਾ ਨਾਮ। ਕਿਹੜੀ ਕਲਾਸ ਦੇ ਟੀਚਰ ਹੋ? 8th ਕਲਾਸ ਦੇ। ਓਕੇ ਜੀ 8th ਕਲਾਸ ਦੇ ਟੀਚਰ, ਕੁਝ ਕਹਿਣਾ ਚਾਹੋਗੇ ਆਪਣੇ ਬੱਚੇ ਨੂੰ? ਬਸ ਇਹੀ ਕਹਾਂਗੀ ਕਿ ਪਟਾਕੇ ਤਾਂ ਚਲਾਉਣ ਬਟ ਪੋਲਿਊਸ਼ਨ ਨੂੰ ਬਹੁਤ ਘੱਟ ਖਲਾਉਣ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਮੈਮ? ਨਾਮ ਕੋ। ਕਿਸ ਕਲਾਸ ਦੇ ਟੀਚਰ ਹੋ? +2। ਓਕੇ +2 ਦੇ ਟੀਚਰ। ਠੀਕ ਹੈ ਜੀ। ਓਕੇ ਕੀ ਮੈਸੇਜ ਹੈ ਤੁਹਾਡਾ ਬੱਚਿਆਂ ਆਪਣਿਆਂ ਦੇ ਲਈ? ਮੈਸੇਜ ਇਹੀ ਕਿ ਇਨਵਾਇਰਮੈਂਟ ਨੂੰ ਸੇਵ ਕਰਨ ਲਈ ਕਿ ਪਟਾਕੇ ਨਾ ਚਲਾਓ, ਟ੍ਰੀਜ਼ ਵਗੈਰਾ ਲਗਾ ਲਓ, ਇਹਨਾਂ ਬੈਟਰ ਹੈ। ਠੀਕ ਹੈ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਹਨੇ ਜੀ ਸਾਡੇ ਨਾਲ ਮੈਡਮ ਸਕੂਲ ਦੇ ਵਾਈਸ ਪ੍ਰਿੰਸੀਪਲ ਅਤੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਇਹਨਾਂ ਦਾ ਸਪੈਸ਼ਲੀ ਮੈਸੇਜ ਲੈਂਦੇ ਹਾਂ ਕਿ ਬੱਚਿਆਂ ਨੂੰ ਕੀ ਦੇਣਾ ਕਹਿਣਾ ਚਾਹਣਗੇ ਔਰ ਆਪਣੇ ਸਟਾਫ ਮੈਂਬਰਸ ਨੂੰ ਕੀ ਕਹਿਣਾ ਚਾਹਣਗੇ ਦਿਵਾਲੀ 'ਤੇ। ਮੇਰਾ ਨਾਮ ਰਾਜਵਿੰਦਰ ਕੌਰ ਹੈ, ਮੈਂ ਸਕੂਲ 'ਚ ਵਾਈਸ ਪ੍ਰਿੰਸੀਪਲ ਦੇ ਤੌਰ 'ਤੇ ਆਪਣੀ ਡਿਊਟੀਜ਼ ਨੂੰ ਨਿਭਾ ਰਹੀ ਹਾਂ ਔਰ ਜੋ ਵੀ ਮੇਰੇ ਹੈੱਡ ਨੇ ਮੈਨੂੰ ਡਿਊਟੀ ਦਿੱਤੀ ਹੋਈ ਹੈ ਮੈਂ ਉਸਨੂੰ ਬੜੀ ਫੇਅਰਫੁੱਲੀ ਔਰ ਵਧੀਆ ਤਰੀਕੇ ਦੇ ਨਾਲ ਨਿਭਾ ਰਹੀ ਹਾਂ। ਮੈਂ ਬੱਚਿਆਂ ਨੂੰ ਦੱਸਣਾ ਚਾਹੁੰਦੀ ਹਾਂ ਜੋ ਕਿ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ ਦਿਵਾਲੀ ਦਾ ਔਰ ਇਹਦੇ ਪਿਛੋਕੜ ਬਾਰੇ ਥੋੜ੍ਹਾ ਜਾਣਕਾਰੀ ਦੇਣੀ ਚਾਹੁੰਦੀ ਹਾਂ ਕਿ ਇਹਦਾ ਪਿਛੋਕੜ ਕੀ ਹੈਗਾ ਸਾਡੇ। ਜੀ ਮੈਮ ਬਿਲਕੁਲ, ਅਸੀਂ ਵੀ ਜਾਣਨਾ ਚਾਹਾਂਗੇ ਤੁਹਾਡੇ ਕੋਲੋਂ ਕਿ ਦਿਵਾਲੀ ਕਿੱਥੋਂ ਸ਼ੁਰੂ ਹੋਈ ਔਰ ਇਹਦਾ ਕੀ ਇਤਿਹਾਸ ਰਿਹਾ ਔਰ ਦਿਵਾਲੀ ਸਾਨੂੰ ਕਿੱਦਾਂ ਸੈਲੀਬ੍ਰੇਟ ਕਰਨੀ ਚਾਹੀਦੀ ਹੈ। ਸੋ ਪ੍ਰਿੰਸੀਪਲ ਵਾਈਸ ਪ੍ਰਿੰਸੀਪਲ ਮੈਮ ਨੇ ਇਹਨਾਂ ਦੇ ਕੋਲੋਂ ਜਾਣਦੇ ਅਸੀਂ ਦਿਵਾਲੀ ਬਾਰੇ ਵਿਚਾਰ। ਹਾਂਜੀ, ਦਿਵਾਲੀ ਭਾਰਤ ਦੇ ਵਿੱਚ ਸਭ ਤੋਂ ਪ੍ਰਸਿੱਧ ਤਿਉਹਾਰ ਹੈਗਾ ਔਰ ਇਸਦਾ ਸੰਬੰਧ ਜਿਹੜਾ ਹੈਗਾ ਇਹ ਧਾਰਮਿਕ ਦੇ ਨਾਲ ਵੀ ਹੈ, ਇਤਿਹਾਸ ਦੇ ਨਾਲ ਵੀ ਹੈਗਾ। ਜਿੱਦਾਂ ਕਿ ਸ਼੍ਰੀ ਰਾਮ ਚੰਦਰ ਜੀ ਨੇ ਉਹ 14 ਸਾਲ ਤੋਂ ਬਾਅਦ ਬਨਵਾਸ ਕੱਟ ਕੇ ਆਪਣੀ ਅਯੋਧਿਆ ਦੇ ਵਿੱਚ ਵਾਪਸ ਪਰਤੇ ਸਨ ਰਾਵਣ ਨੂੰ ਮਾਰ ਕੇ, ਅਤੇ ਉਹਨਾਂ ਦੀ ਜਦੋਂ ਵਾਪਸ ਆਏ ਨੇ ਤਾਂ ਉਹਨਾਂ ਦੀ ਖੁਸ਼ੀ ਦੇ ਵਿੱਚ ਲੋਕਾਂ ਨੇ ਕਾਫੀ ਦੀਪਮਾਲਾ ਕੀਤੀ। ਇਸੇ ਤਰ੍ਹਾਂ ਸਾਡੇ ਸਿੱਖ ਇਤਿਹਾਸ ਦੇ ਨਾਲ ਵੀ ਕਾਫੀ ਇਹਨਾਂ ਦਾ ਰੋਲ ਹੈਗਾ ਅਤੇ ਪਿਛੋਕੜ ਹੈ ਕਿਉਂਕਿ 6ਵੇਂ ਪਾਤਸ਼ਾਹ ਸ਼੍ਰੀ ਹਰਗੋਬਿੰਦ ਸਾਹਿਬ ਜੀ ਜਿਹੜੇ ਉਹ ਗਵਾਲੀਅਰ ਦੇ ਕਿਲੇ ਵਿੱਚੋਂ ਛੁੱਟ ਕੇ ਵਾਪਸ ਜਹਾਂਗੀਰ ਦੀ ਨਜ਼ਰਬੰਦੀ ਦੇ ਵਿੱਚੋਂ ਵਾਪਸ ਆਏ ਸਨ, ਜਿਹੜਾ ਕਿ ਅੱਜ ਦਾ ਦਿਵਸ ਜਿਹੜਾ ਹੈਗਾ ਇਹਨੂੰ ਬੰਦੀ ਛੋੜ ਦਿਵਸ ਵੀ ਕਿਹਾ ਜਾਂਦਾ ਔਰ ਇਹ ਦਿਵਾਲੀ ਜਿਹੜੀ ਹੈ ਸਾਡੀ ਅੰਮ੍ਰਿਤਸਰ ਦੀ ਦਿਵਾਲੀ ਜਿਹੜੀ ਹੈ ਸਭ ਤੋਂ ਪ੍ਰਸਿੱਧ ਹੈ ਔਰ ਇਹਨਾਂ ਦੀ ਜਦੋਂ ਕਿ ਇਹ ਰਿਹਾਅ ਹੋ ਕੇ 52 ਰਾਜਿਆਂ ਦੇ ਸਮੇਤ ਇਹ ਵਾਪਸ ਆਏ ਨੇ ਤਾਂ ਉਸ ਸਮੇਂ ਲੋਕਾਂ ਨੇ ਬਹੁਤ ਹੀ ਖੁਸ਼ੀ ਦੇ ਨਾਲ ਦੀਪਮਾਲਾ ਕੀਤੀ ਔਰ ਅੰਮ੍ਰਿਤਸਰ ਦੇ ਵਿੱਚ ਕਾਫੀ ਰੋਸ਼ਨਾਈ ਕੀਤੀ ਔਰ ਦੀਪਮਾਲਾ ਕਰਕੇ ਅੰਮ੍ਰਿਤਸਰ ਨੂੰ ਰੋਸ਼ਨ ਕੀਤਾ ਅਤੇ ਠੀਕ ਹੀ ਕਿਹਾ ਜਾਂਦਾ ਹੈ ਕਿ ਦਿਵਾਲੀ ਅੰਮ੍ਰਿਤਸਰ ਦੀ, ਦਾਲ ਰੋਟੀ ਘਰ ਦੀ, ਦਿਵਾਲੀ ਅੰਮ੍ਰਿਤਸਰ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਮੈਮ? ਅਮਨਦੀਪ ਕੌਰ। ਕੀ ਬਾਤ ਹੈ ਜੀ, ਮੇਰੇ ਵਾਲਾ ਨਾਮ ਲੈ ਕੇ ਘੁੰਮ ਰਹੇ ਹੋ ਔਰ ਕਿਸ ਕਲਾਸ ਦੇ ਟੀਚਰ ਹੋ? 2nd ਕਲਾਸ ਦੀ। ਓਕੇ ਕੀ ਕਹਿਣਾ ਚਾਹੋਗੇ ਆਪਣੇ ਬੱਚਿਆਂ ਨੂੰ? ਇੰਜੋਏ ਕਰੋ, ਛੋਟੇ ਬੱਚੇ ਇੰਜੋਏ ਤਾਂ ਕਰਨਾ ਹੀ ਆ, ਇੰਜੋਏ ਕਰੋ ਬਟ ਪੋਲਿਊਸ਼ਨ ਦਾ ਧਿਆਨ ਰੱਖਣਗੇ। ਜੀ ਬਿਲਕੁਲ ਜੀ। ਮੈਮ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਮ ਕਿਸ ਕਲਾਸ ਦੇ ਟੀਚਰ ਹੋ? ਮੈਂ 6th ਕਲਾਸ ਇੰਚਾਰਜ ਹਾਂ। ਔਰ ਤੁਹਾਡਾ ਨੇਮ? ਬਲਜੀਤ ਕੌਰ। ਓਕੇ ਸੋਹਣੇ, ਵੈਸੇ ਤੁਸੀਂ ਬਹੁਤ ਹੋ, ਇਹ 'ਚ ਕੋਈ ਸ਼ੱਕ ਨਹੀਂ। ਸੋ ਕੀ ਮੈਸੇਜ ਦੇਣਾ ਚਾਹੋਗੇ ਆਪਣੇ ਬੱਚਿਆਂ ਨੂੰ ਦਿਵਾਲੀ 'ਤੇ? ਬੱਚਿਆਂ ਨੂੰ ਕਿ ਪਟਾਕੇ ਨਾ ਚਲਾਓ ਅਤੇ ਪੋਲਿਊਟਰ ਨਾ ਕਰੋ, ਇਨਵਾਇਰਮੈਂਟ ਨੂੰ ਦੇਖੋ, ਮਸਤੀ ਕਰੋ, ਹੋਰ ਇੰਜੋਇਮੈਂਟ ਦੇ ਕਾਫੀ ਚੀਜ਼ਾਂ ਹੁੰਦੀਆਂ, ਤੁਸੀਂ ਇੰਜੋਏ ਕਰੋ। ਜੀ ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਮੈਮ? ਪਰਮਿੰਦਰ ਕੌਰ। ਔਰ ਕਿਸ ਕਲਾਸ ਦੇ ਟੀਚਰ ਹੋ? 3rd ਕਲਾਸ ਦੇ। ਕੀ ਕਹਿਣਾ ਚਾਹੋਗੇ ਬੱਚਿਆਂ ਨੂੰ? ਬੱਚਿਆਂ ਨੂੰ ਇਹੀ ਚਾਹੁੰਦੀ ਹਾਂ ਵੀ ਪਟਾਕੇ ਜਿਹੜੇ ਧਿਆਨ ਨਾਲ ਚਲਾਉਣ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਮੈਮ ਔਰ ਕਿਸ ਕਲਾਸ ਦੇ ਟੀਚਰ ਹੋ? ਮਧੂ, 1st ਕਲਾਸ। ਓਕੇ, ਤੁਹਾਡੇ ਬੱਚੇ ਬਹੁਤ ਛੋਟੇ ਆ। ਹਾਂਜੀ। ਆਪਣੇ ਕਲਾਸ ਦੇ ਬੱਚੇ ਨੂੰ ਉਹਦੇ ਨਾਲ ਨਾਲ ਜਿੰਨੇ ਵੀ ਬੱਚੇ ਟੀ ਵੀ ਦੇਖ ਰਹੇ ਆ, ਅਮੇਜ਼ਿੰਗ ਟੀ ਵੀ ਦੇਖ ਰਹੇ ਆ, ਇਹ ਸ਼ੋਅ ਨੂੰ ਦੇਖ ਰਹੇ ਆ, ਉਹਨਾਂ ਬੱਚਿਆਂ ਨੂੰ ਕੀ ਕਹਿਣਾ ਚਾਹੋਗੇ? ਹੈਪੀ ਦੀਵਾਲੀ ਐਂਡ ਸੇਫ ਦੀਵਾਲੀ। ਥੈਂਕ
थैंक यू श्री सत श्रीकाल जी। सत श्रीकाल जी। ये वो सर ने जिन्होंने जे एस नवजोत सीनियर सैकेंडरी स्कूल की जिन्नी भी बच्चों परफॉर्मेंस बच्चों की जिनी भी तैयारी से चाहे वह भंगड़ा है चाहे वह गिद्धा है चाहे वह पांड एक्टिविटी से चाहे कुछ भी एक्टिविटी से वो इन्होंने ही तैयार करवाई है। सो एक एज ए कोरियोग्राफर भी मैं लगता इन्हों गलबात कर लैनी चाहिए। सर सत श्रीकाल। सत श्रीकाल जी। और थोड़ा नेम और थोड़ी ड्यूटी तो बखूबी असं देख रहे हैं जी। मेरा नाम अमनदीप। क्या बात है जी, सारे अमनदीप ही है रौनक लग। अच्छा सर तुम बच्चों को तैयारी करवाई और बहुत दो दिन के बच्चे प्रिपेयर किए बहुत वधिया तरीके नाल। किन्नी दिक्कत आई और किन्ना क बच्चे फॉलोअर से किन्नी क जल्दी तैयारी करवाई? तैयारी करवाने वास्ते सू समा बहुत थोड़ा सीगा पर बच्चों की मेहनत करके दो दिन असी ये तैयार किया और बच्चों ने साडा बहुत सहयोग किया। एतवार की छुट्टी होने के बावजूद बच्चे सब बच्चे इतने आए और पाँच साढ़े पाँच बजे तक आके उन्होंने अपनी प्रैक्टिस की और मैं नाल दी नाल अपने स्टाफ का भी पूरा थैंकफुल उन्होंने पूरा सहयोग दिता मैंने इस क्योंकि मेरिया क्लासा वो देख रहे थे और नाल दी नाल बच्चों भी वो देख रहे थे और मैं कला ये अपने सिर पर नहीं लेना चाहता पूरा स्टाफ और प्रिंसीपल मैम वाइस प्रिंसीपल और पूरा स्कूल पूरे बच्चे भी इस फंक्शन सक्सैस करने वास्ते सहयोगी आ उन्हों का उन्ना ही योगदान है जिन्ना मेरा है जी। बिल्कुल। दिवाली ते की मैसेज देना चाहोगे? दिवाली ते पोल्यूशन का मैसेज सारे ने दे दिता है और मैं एक छोटा जा मैसेज ये देना चाहता है कि दिवाली जलाओ पर किसी का दिल ना जलाओ। क्या बात है जी, क्या बात है जी, तुम छोटे जे मैसेज से बहुत कुछ कह गए हैं। क्या बात है जी, थैंक यू सो मच जी, बहुत बहुत शुक्रिया। सो स्टाफ मैंबर्स नाल असीं गलबात कीती, सारे ने अपने विचार दिए। मोस्टली सब का एक ही कहना है कि दिवाली इंजॉय करो, कुछ पटाकियां दे नाल भी करो, छोटे मोटियां दे नाल रुख लगा के करो, खुशियां दे नाल करो क्योंकि खुशियां दा त्यौहार है, खुशियां मनाउणियां बनदियां ने। सो प्रिंसीपल साहब दे नाल गलबात करदे आं ते उन्हां दे विचार की ने ओह वी जानदे आं। गलबात करदे आं स्कूल दे प्रिंसीपल मैम गुरचरण कौर जी दे नाल। सत श्री अकाल मैम। सत श्री अकाल जी। मैम साडे अमेजिंग टीवी च तुहाडा स्वागत है। थैंक यू जी। मैम दिवाली ते की मैसेज देना चाहोगे तुसी अपने बच्चों नू भी और जो भी आवाम इस टाइम अमेजिंग टीवी नू देख रहे उन्हां नू की सुनेहा देना चाहोगे तुसी दिवाली ते? दिवाली का मैसेज मैं देना चाहूँगी कि दिवाली ते जो पटाके चलाने ने पोल्यूशन वाले वो नहीं चलाने चाहिए, सिर्फ एक ग्रीन पटाका है वो चलाना चाहिए, वह पोल्यूशन नहीं फैलता। जो पोल्यूशन फैलेगा तो मतलब सेहत जी खराब हो जाती है और नुकसान काफ़ी हो जाता है, इस करके दिवाली जरा अपनी लाइटली मनानी चाहिए है कि लोग बड़े पटाके जोड़े ने धूमधाम न चलाते हैं और काफ़ी टाइम सिर चलाते हैं, टाइम लग जाता पर नहीं चलाने चाहिए, सू सिर्फ एक ग्रीन पटाके जोड़े हम चले ने वो ही चलाने चाहिए। ओके मैम, मैम स्कूल तुसी कदों तो कंटिन्यू कर रहे हो और किद्दां दी एजुकेशन प्रोवाइड करते हो? स्कूल 81 तो मैं चला रही हूँ, उस टाइम ते मेरी उम्र बिल्कुल थोड़ी सी 18-19 साल दी मेरी मैरिज हो गई और मैरिज तो बाद मैं स्कूल स्टार्ट किया तो फस्ट टाइम मैं पिंड देखा, मैं पिंड का कोई पता नहीं सी, पहला 6 महीने बिल्कुल मैं चॉइस हिसाब नाल साथ नहीं दिता, मैं कहा मैं पिंड च नहीं जाना चाहती, पर उन्हें तो पता ही है कि जो जिद ते आ जाए मैं गवर्नमेंट जॉब छड्डी तो फिर इन्ना दिन मैं लग के स्कूल चलाया। जो 2-3 असी स्कूल स्टार्ट किया और साढ़े को इन्ने एक बच्चे हो गए कि सानू चकदम मत्थे जगह लैके तो स्कूल जोड़ा ये बनाना पे कि स्कूल रजिस्टर करवाना सी, उस तो बाद असी नाल नाल जिदा जिदा बच्चे बढ़ते गए असी वो मतलब स्टाफ रखते गए, इस टाइम तो जोड़ा स्कूल हैगा प्लस 2 तक के और काफ़ी अच्छी एजुकेशन है तो मेरे को स्टाफ वैल क्वालिफाइड है, कोई इदा की गल नहीं, पर फिर भी लोग जोड़े ने जो असी स्कूल खोलिया असी मैडम इतने कोई स्कूल नहीं सी, असी एक बार ये चक्की सील कर आए इधर चक बामू से और उन्होंने कहा कि इस एरिए कोई स्कूल नहीं तुम स्कूल खोलो, तो उस टाइम तो इन्होंने उधर ही मतलब डिसीजन लैके एक बिल्डिंग लै ली किराए तो 150 रुपए की मैडम सारी नाल ही एक 150 रुपए की मैडम रख के तो मैं घर गई तो मैं कहें तेनों ना गवर्नमेंट जॉब छड़नी पैनी, मैं क्या वाए कहें कि इदा तो उधर के एरिए ने कंपेल किया कि इतने स्कूल खोलो कि इतने स्कूल ने लोग बहुत दूर दूर तक बच्चे जाते हैं और इन्हों बहुत शौक से क्यों इन्होंने मामे आलमपुर से काफ़ी देर इतने आलमपुर बै रह के पढ़े ने और पिंडा का इन्होंने बहुत शौक से इन्होंने पिंडा ज़्यादा प्यार है
ਅਤੇ ਸ਼ਹਿਰ ਦੇ ਨਾਲ ਕੋਈ ਪਿਆਰ ਨਹੀਂ। ਉਸ ਤੋਂ ਬਾਅਦ ਕਾਫੀ ਇਹਨਾਂ ਨੇ ਮੇਰੇ ਨਾਲ ਕੀਤਾ ਕਿ ਨਹੀਂ ਤੈਨੂੰ ਕਰਨਾ ਪੈਣਾ ਹੈ ਕਰਨਾ ਪੈਣਾ, ਫਿਰ ਮੈਨੂੰ ਇਹਨਾਂ ਦਾ ਨਾਮ ਮੰਨਣਾ ਪਿਆ। 6 ਮਹੀਨੇ ਇਹਨਾਂ ਨੇ ਨਾਲ ਨਾਲ ਮੈਡਮਾਂ ਰੱਖਦੇ ਗਏ। ਇਸ ਟਾਈਮ 'ਤੇ ਮਾਲਕ ਦੀ ਮਿਹਰ ਹੈ ਕਿ ਦੇਖੋ ਕਿ ਬੱਚਾ ਜਿਹੜਾ ਹੈ ਮੇਰੇ ਕੋਲ 400-500 ਬੱਚਾ ਉਹਨਾਂ, ਅੱਜ ਦੇ ਬੱਚੇ ਥੋੜ੍ਹੇ ਬਹੁਤ ਥੋੜ੍ਹੇ ਆਏ ਨੇ, ਉਹਨਾਂ ਪਤਾ ਪ੍ਰੋਗਰਾਮ ਹੀ ਪੜ੍ਹਾਈ ਹੋਣੀ ਨਹੀਂ, ਅਤੇ ਮੇਰੇ ਕੋਲ ਵੈਲ ਕੁਆਲੀਫਾਈਡ ਸਟਾਫ ਹੈ ਔਰ ਅੱਛਾ ਪੜ੍ਹਾ ਰਿਹਾ, ਅੱਛਾ ਰਿਜ਼ਲਟ ਦੇ ਰਿਹਾ। ਔਰ ਮੇਰੇ ਪੜ੍ਹਾਏ ਹੋਏ ਬੱਚੇ ਕਈ ਮਤਲਬ ਡਾਕਟਰ ਇੰਜੀਨੀਅਰ ਬਾਹਰ ਗਏ ਨੇ, ਹੈ ਨਾ, ਅਤੇ ਬਹੁਤ ਜ਼ਿਆਦਾ ਜਿਹੜੇ ਲੋਕ ਨੇ ਇਸ ਸਕੂਲ ਨੂੰ ਪਸੰਦ ਕਰਦੇ ਨੇ, ਅਤੇ ਬਹੁਤ ਅੱਛੀ ਤਰ੍ਹਾਂ ਜਿਹੜੀ ਆਪਾਂ ਇੱਕ ਪਰਮਾਤਮਾ ਵੱਲੋਂ ਦਿੱਤੇ ਹੋਏ ਗੋਡ ਗਿਫਟ ਅਸੀਂ ਚਲਾ ਰਹੇ ਹਾਂ, ਵਰਨਾ ਅਸੀਂ ਵਿਲਿੰਗ ਨਹੀਂ ਹੈ, ਪਰ ਫਿਰ ਵੀ ਪਰਮਾਤਮਾ ਨੇ ਸਾਡੀ ਡਿਊਟੀ ਲਗਾਈ ਹੈ। ਔਰ ਸਾਡੇ ਇਹਨਾਂ ਨੂੰ ਇੰਨਾ ਸ਼ੌਂਕ ਹੈ ਨਾ ਕਿ ਜਿਹੜਾ ਕਿ ਵੀ ਸਕੂਲ ਨੂੰ ਕੋਈ ਆ ਜਾਵੇ ਤਾਂ ਇਹ ਖੁਦ ਤਕਲੀਫ 'ਚ ਹੋ ਜਾਂਦੇ ਨੇ। ਇਹ ਇਸ ਟਾਈਮ 'ਤੇ ਇਹ ਸਕੂਲ ਜਿਹੜਾ ਹੈ ਬਹੁਤ ਅੱਛੀ ਤਰ੍ਹਾਂ ਰਿਜ਼ਲਟ ਦੇ ਰਿਹਾ ਔਰ ਬੱਚੇ ਜਿਹੜੇ ਨੇ ਬਹੁਤ ਵਧੀਆ ਤਰੀਕੇ ਨਾਲ ਸਾਡੇ ਕੋਲ ਅਸੀਂ ਪੜ੍ਹਾ ਕੇ ਉਹ ਧਾਰਮਿਕ ਪੁਸਤਕਾਂ ਵੀ ਲਗਾਈਆਂ ਨੇ ਔਰ ਉੱਪਰ ਬਾਬਾ ਜੀ ਦਾ ਕਮਰਾ ਬਣਾਇਆ, ਹਰ ਮਤਲਬ ਮਹੀਨੇ ਇੱਥੇ ਪਾਠ ਹੁੰਦਾ ਔਰ ਬੱਚੇ ਜਿਹੜੇ ਨੇ ਬਹੁਤ ਅੱਛੀ ਤਰ੍ਹਾਂ ਜਿਹੜੇ ਨੇ ਉਹ ਹਰ ਚੀਜ਼ ਨੂੰ ਪਲੇਅ ਕਰਦੇ ਨੇ ਅਤੇ ਅੱਛੀ ਐਜੂਕੇਸ਼ਨ ਲੈ ਕੇ ਹਰ ਫੀਲਡ ਵਿੱਚ ਸੈੱਟ ਹੋਏ। ਓਕੇ ਜੀ ਮੈਮ, ਥੈਂਕ ਯੂ ਸੋ ਮੱਚ। ਸੋ ਬਹੁਤ ਸੋਹਣੀ ਗੱਲ ਕਹੀ ਮੈਮ ਨੇ ਕਿ ਇਹਨਾਂ ਦਾ ਸਕੂਲ ਵਧੀਆ ਏਰੀਆ ਨੂੰ ਐਜੂਕੇਸ਼ਨ ਪ੍ਰੋਵਾਈਡ ਕਰ ਰਿਹਾ ਹੈ। ਮੈਮ, ਜਿਵੇਂ ਅੱਜ ਅਸੀਂ ਆਪਣੇ ਵਿਰਾਸਤ ਵਿਰਸੇ ਸੱਭਿਆਚਾਰ ਨੂੰ ਭੁੱਲਦੇ ਜਾ ਰਹੇ ਹਾਂ, ਆਪਣੇ ਸੱਭਿਆਚਾਰ ਬਾਰੇ ਕੀ ਮੈਸੇਜ ਦੇਣਾ ਚਾਹੋਗੇ ਆਉਣ ਵਾਲੀ ਪੀੜ੍ਹੀ ਨੂੰ, ਬੱਚਿਆਂ ਨੂੰ, ਜਨਰੇਸ਼ਨ ਨੂੰ, ਸਾਰਿਆਂ ਨੂੰ ਇੱਕ ਮੈਸੇਜ, ਇੱਕ ਸੁਨੇਹਾ ਜੋ ਤੁਸੀਂ ਸੱਭਿਆਚਾਰ ਦੇ ਹੱਕ 'ਚ ਦੇਣਾ ਚਾਹੁੰਦੇ ਹੋਵੋ? ਦੇਖੋ ਜੀ, ਆਪਣਾ ਸੱਭਿਆਚਾਰ ਜਿਹੜਾ ਨਹੀਂ ਭੁੱਲਣਾ ਚਾਹੀਦਾ। ਕਈ ਬੱਚੇ ਨੇ ਬਾਹਰ ਨਿਕਲ ਕੇ ਆਪਣਾ ਜਿਹੜਾ ਸੱਭਿਆਚਾਰ ਬਿਲਕੁਲ ਭੁੱਲ ਜਾਂਦੇ ਨੇ, ਇਹ ਨਹੀਂ ਸਾਨੂੰ ਭੁੱਲਣਾ ਚਾਹੀਦਾ। ਆਪਣੇ ਸੱਭਿਆਚਾਰ ਨੂੰ ਧਿਆਨ 'ਚ ਰੱਖ ਕੇ ਅੱਗੋਂ ਆਪਣਾ ਸਟੈਪ ਲੈਣਾ ਚਾਹੀਦਾ। ਜੀ ਬਹੁਤ ਬਹੁਤ ਸ਼ੁਕਰੀਆ ਮੈਮ, ਥੈਂਕ ਯੂ ਸੋ ਮੱਚ, ਧੰਨਵਾਦ ਤੁਹਾਡਾ।